सुरक्षा के पुख्ता इंतजाम होने के बावजूद भी चंडीगढ़ शहर में इन दिनों आपराधिक मामले रुकने का नाम नहीं ले रहे हैं। आपको बता दें कि आम आदमी के साथ चोरी, ठगी और लूट की वारदात की खबरें तो हमें अक्सर सुनने को मिलती ही रहती हैं। लेकिन चोर अब पुलिस और उनके रिश्तेदारों के घर लूट जैसी वारदातों को अंजाम देने से भी पीछे नहीं हट रहे। ताजा मामला चंडीगढ़ शहर की वीआईपी एरिया के सेक्टर 8 का है, जहां दिन दहाड़े प्लम्बर बनकर आए दो बदमाशों ने पंजाब पुलिस के एसपी के दामाद की कोठी को ही अपना निशाना बना दिया। बता दें कि बदमाशों ने नौकर को बंधक बना तो दूसरे को चाकू से हमला कर कोठी से कैश और जेवरात लूटने के लिए कमरे का दरवाजा तोड़ ही रहे थे तो हिमांशु नाम का एक नौकर कोठी की पहली मंजिल से कूद गया और शोर मचाने लगा, जिसके चलते चोर बौखला गए और जब तक वहां लोग इकट्ठे होते तब तक वो कोठी के पिछले रास्ते से फरार हो गए। ਜੀ ਅਸੀਂ ਤਾਂ ਗਏ ਸੀਗੇ ਜੀ ਤਾਂ 6 ਤਰੀਕ ਦੇ ਭਾਂਜੀ ਦੇ ਮੈਰਿਜ ਸੀਗੀ ਲੁਧਿਆਣੇ। ਸੋ ਪਿੱਛੋਂ ਦੋ ਇਹ ਆਪਣੇ ਹੈਲਪਰ ਸੀਗੇ, ਇੱਕ ਕੇਅਰ ਟੇਕਰ ਸੀਗਾ ਜੀ। ਅਤੇ ਤਕਰੀਬਨ 9:52 'ਤੇ ਜਦੋਂ ਕਿਰਨ ਖੇਡ ਕੇ ਆਪਣੇ ਸਾਹਮਣੇ ਫੁਟੇਜ ਦੇ ਕੇ ਗਏ ਭੈਣ ਜੀ ਦੂਜੀ ਉਹਨਾਂ ਦੀ ਛੋਟੀ ਸਿਸਟਰ, ਉਹ ਦੋ ਜਣੇ ਬੈਗ ਲੈ ਕੇ ਆ ਰਹੇ ਬਾਹਰ, ਖੁੱਲ੍ਹਾ ਹੀ ਸੀ ਆਪਣਾ ਛੋਟੇ ਵਾਲਾ ਹਲਕਾ ਜਿਹਾ, ਉਹਨਾਂ ਨੇ ਤਾਂ ਪਹਿਲਾਂ ਮਾੜਾ ਜਿਹਾ ਵੇਖਿਆ ਵੁਖਿਆ, ਮੂੰਹ ਬੰਦੇ ਤੇ ਵੇਖਿਆ ਵੁਖਿਆ ਅਤੇ ਉਹਨੇ ਬਾਹਰ ਖੋਲ੍ਹ ਕੇ ਅੰਦਰ ਐਂਟਰ ਕਰਕੇ ਫਿਰ ਉਹ ਕੇਅਰ ਟੇਕਰ ਆ ਗਿਆ ਹਮਾਰਾ ਸਤਪਾਲ, ਜਿਸ ਕੋ ਚੋਟ ਲੱਗੀ। ਉਹਨੇ ਫਿਰ ਕਿਹਾ ਵੀ ਕਿਆ ਕੈਸੇ ਆਏ ਹੋ, ਕਹਿੰਦੇ ਵੀ ਮੀਟਰ ਦੇਖਣਾ ਪਾਣੀ 'ਚ। ਉਸਨੇ ਫਿਰ ਉਹ ਮੀਟਰ ਪਹਿਲੇ ਚੈੱਕ ਕਰਾ ਦੀ ਅੰਦਰ ਪਿੱਛੇ ਜਾ ਕੇ, ਹੈ ਨਾ 20 ਰੁਪਏ ਉੱਤੇ ਮੀਟਰ ਪਾਣੀ ਕਦੋਂ ਬਾਹਰ ਹੀ ਲੱਗੇ। ਉਸਕੇ ਬਾਅਦ ਉਹ ਕਹਿੰਦਾ ਜੀ ਅੰਦਰ ਪਾਣੀ ਕਾ ਵੀ ਚੈੱਕ ਕਰਨਾ ਹੈ। ਫਿਰ ਉਹ ਛੋਟੂ ਆ ਗਿਆ ਹਿਮਾਂਸ਼ੂ, ਉਸਨੇ ਦੇਖਾ ਪਾਣੀ ਪੁਣੀ ਗਲਾਸ ਭਰ ਕੇ, ਉਹ ਆਪਣਾ ਕਰ ਰਹੇ ਤੇ ਲਿਖ ਵੀ ਰਹੇ ਤੇ ਵੀ ਕਾਗਜ਼ 'ਤੇ ਵੀ ਆਪਣੇ ਬਹਾਨੇ ਸੀ ਵੀ ਹਾਂ ਵੀ ਚਲੋ ਮੀਟਰ ਚੈੱਕ ਕਰ ਰਹੇ ਹਾਂ। ਇਨ ਦਾ ਮੇਨ ਟਾਈਮ ਉਹ ਇੱਕ ਜਣੇ ਨੇ ਛੁਰੀ ਉਠਾ ਲਈ ਕਿਚਨ ਮੇ ਸੀ ਬੜੀ ਵਾਲੀ, ਜੋ ਵੀ ਆਈ ਉਸਕੇ ਹੱਥ ਮੇ ਉਸਕੇ ਉਹ ਲਗਾ ਦੀ, ਔਰ ਦੂਸਰੇ ਨੇ ਪਿਸਟਲ ਲਗਾ ਲਈ। ਨਿਕਾਲਨੇ ਕੇ ਬਾਅਦ ਉਸਕੋ ਧੱਕੇ ਮੁੱਕੀ ਮੇ ਉਹ ਬਚਾਤੇ ਬਚਾਤੇ ਉਹ ਸਤਪਾਲ ਆ ਜਿਸਕੇ ਲਗੇ ਹੈ ਬਾਜੂ ਪੇ ਮਾਰਾ ਜੀ ਚਾਕੂ, ਤੋ ਉਸਕੋ ਫਿਰ ਬਾਂਧ ਦੀ ਆਈ, ਬਾਂਧ ਕੇ ਹੱਥ ਵੀ ਬਾਂਧ ਦੀਏ ਪੈਰ ਬਾਂਧ ਕੇ ਉਸਕੋ ਜੋ ਸਰਵੈਂਟ ਕਾ ਬਾਥਰੂਮ ਉਧਰ ਲੈ ਗਈ, ਉਸਕੋ ਬੰਦ ਕਰ ਦਿਆ। ਉਧਰ ਸੇ ਉਹ ਵਾਜੇ ਮੂਜੇ ਮਾਰਨੇ ਲਗਾ ਤੋ ਉਸਕੋ ਫਿਰ ਦੁਬਾਰਾ ਫਿਰ ਗਏ ਔਰ ਉਹ ਹਿਮਾਂਸ਼ੂ ਛੋਟੂ ਕੋ ਲਗਾ ਕੇ ਉਸਕੋ ਦੋਨੋ ਜਾਣੇ ਕਿਹਾ ਕੋਠੀ ਮੇ ਲੈ ਕੇ ਆਓ, ਇਧਰ ਵੀ ਜਹਾਂ ਆਵਾਜ਼ ਨਾ ਆਏ। ਤੋ ਉਹ ਪਿੱਛੇ ਮਾਰਾ ਹੋਏ ਇੱਕ ਗੈਸਟ ਬੈਡਰੂਮ ਔਰ ਵੀ ਹੈ ਜੋ ਉਸਕਰ ਉਸਕੇ ਬਾਥਰੂਮ ਮੇ ਉਸਕੋ ਬੰਦ ਕਰ ਦਿਆ ਆ ਕੇ। ਉਹ ਹਿਮਾਂਸ਼ੂ ਨੇ ਵੈਸੇ ਇਸ਼ਾਰਾ ਵੀ ਕੀਆ ਐਸੇ ਕਰਕੇ ਵੀ ਨਿਕਲ ਜਾਣਾ ਆਪ, ਉਸਕੋ ਪਰ ਕੋਈ ਸਮਝ ਨਹੀਂ ਕਿ ਉਹ ਗਾਓ ਕਾ ਹੀ ਹਮਾਰਾ ਕੋਈ ਬਾਤ। ਤੋ ਇਸ ਲਈ ਉਹ ਉਸਕੋ ਫਿਰ ਉਸਕੋ ਗਨ ਪੁਆਇੰਟ ਪਰ ਲਗਾ ਕੇ ਉਸਕੋ ਉੱਪਰ ਲੈ ਗਏ ਵੀ ਸਾਹੋ ਕਾ ਕਮਰਾ ਕੌਣ ਸਾ। ਤੋ ਜਾ ਕੇ ਉਸਨੇ ਉਹ ਥੋੜ੍ਹੇ ਥੋੜ੍ਹੇ ਸੀ ਜੋ ਇੱਕ ਤਰਫ ਕਾ ਉਸਨੇ ਦਰਵਾਜ਼ਾ ਸ਼ੀਸ਼ੇ ਸ਼ੀਸ਼ੇ ਤੋੜ ਦੀ, ਤੋੜਨੇ ਕੇ ਬਾਅਦ ਉਸਨੇ ਕਿਹਾ ਵੀ ਪਹਿਲੇ ਤੂੰ ਛਲਾਂਗ ਲਗਾ ਅੰਦਰ। ਹਿਮਾਂਸ਼ੂ ਨੇ ਵੀ ਛਲਾਂਗ ਲਗਾਈ ਫਿਰ ਉਸਕੇ ਪਿੱਛੇ ਉਹ ਕੂਦਾ। ਇਨ ਦਾ ਮੇਨ ਟਾਈਮ ਹਮਾਰੇ ਸਟੋਰ ਕਾ ਤਾਲੇ ਕੀ ਕੋਸ਼ਿਸ਼ ਕਰ ਰਹੇ ਸੀ ਜੋ ਜਿਸ 'ਚ ਜੋ ਵੀ ਉਨਕੇ ਪਾਸ ਥਾ ਔਜ਼ਾਰ ਵਗੈਰਾ। ਤੋ ਇਨ ਦਾ ਮੇਨ ਟਾਈਮ ਉਸਨੇ ਛੋਟੂ ਨੇ ਹਿਮਾਂਸ਼ੂ ਨੇ ਵਹਾਂ ਸੇ ਖਿੜਕੀ ਖੋਲ੍ਹੀ ਔਰ ਦੌੜਦੇ ਇਧਰ ਸੇ ਹੋ ਕੇ ਉੱਪਰ ਸੇ। फिलहाल थाना पुलिस ने मामला दर्ज कर सीसीटीवी कैमरों की मदद से आरोपियों की तलाश शुरू कर दी है। वहीं दिन दहाड़े हुई इस वारदात से हर कोई दहशत में है और आला अधिकारियों के आदेशों पर थाना पुलिस ने पेट्रोलिंग पार्टी को अलर्ट कर चौकसी बढ़ा दी है और जल्द ही आरोपी सलाखों के पीछे होने के दावा भी कर रही है। पंजाब के सी टीवी चंडीगढ़ के लिए कुलदीप कुमार की रिपोर्ट।